ਭਾਰੀ ਬਾਰਿਸ਼ ਨਾਲ ਵਿਗੜੇ ਪੰਜਾਬ ਦੇ ਹਾਲਾਤ ਇਤਿਆਤਨ ਅੱਜ ਨਹੀਂ ਖੁੱਲਣਗੇ ਪੰਜ ਜ਼ਿਲ੍ਹਿਆਂ ਦੇ ਸਕੂਲ ਰੋਪੜ ਨਵਾਂਸ਼ਹਿਰ ਮੋਹਾਲੀ ਪਟਿਆਲਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਕੂਲਾਂ 'ਚ ਰਹੇਗੀ ਛੁੱਟੀ ਸਕੂਲਾਂ 'ਚ ਅੱਜ ਛੁੱਟੀ ਦਾ ਐਲਾਨ ਕੀਤਾ ਰਹੇਗਾ ਛੁੱਟੀ ਰਹੇਗੀ ਵੈਸੇ ਕਿ ਰੋਪੜ ਨਵਾਂਸ਼ਹਿਰ ਤੇ ਮੋਹਾਲੀ ਦੇ ਸਕੂਲ ਬੰਦ ਰਹਿਣਗੇ ਐਲਾਨ ਕੀਤਾ ਗਿਆ ਹੈ ਪਟਿਆਲਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਕੂਲਾਂ 'ਚ ਵੀ ਛੁੱਟੀ ਰਹੇਗੀ ਵੈਸੇ ਕਿ ਸੋਮਵਾਰ ਨੂੰ ਹੋਣ ਵਾਲੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰੀਅਪੀਅਰ ਦੇ ਪੇਪਰ ਮੁਲਤਵੀ ਕਰ ਦਿੱਤੇ ਗਏ ਨੇ ਪਟਿਆਲਾ ਯੂਨੀਵਰਸਿਟੀ ਨੇ ਵੀ ਮੁਲਤਵੀ ਕੀਤੇ ਨੇ ਸਾਰੇ ਪੇਪਰ ਭਾਰੀ ਬਾਰਿਸ਼ ਦੇ ਮੱਦੇਨਜ਼ਰ ਆ ਅਹਿਮ ਫੈਸਲਾ ਲਿਆ ਗਿਆ ਹੈ ਦੱਸਦੇ ਕਿ ਪਰਸੋਂ ਸਵੇਰ ਤੋਂ ਹੀ ਜੋ ਬਾਰਿਸ਼ ਹੈ ਲਗਾਤਾਰ ਜਾਰੀ ਹੈ ਮੀਂਹ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ ਕਈ ਜੋ ਜ਼ਿਲ੍ਹੇ ਨੇ ਉਹ ਪ੍ਰਭਾਵਿਤ ਹੋਏ ਨੇ ਜਿਨ੍ਹਾਂ 'ਚੋਂ ਮੋਹਾਲੀ ਰੋਪੜ ਨਵਾਂਸ਼ਹਿਰ ਹੁਸ਼ਿਆਰਪੁਰ ਫਗਵਾੜਾ ਜ਼ਿਲ੍ਹੇ ਆਉਂਦੇ ਨੇ ਦੇਖਿਆ ਜਾ ਸਕਦਾ ਹੈ ਕਿ ਜੋ ਭਿਆਨਕ ਤਸਵੀਰਾਂ ਪਾਣੀ ਦੇ ਸਾਹਮਣੇ ਆਈ ਸੀਗੀਆਂ ਗੱਡੀਆਂ ਤੈਰਦੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਤਸਵੀਰਾਂ ਨੇ ਮੋਹਾਲੀ ਦੀਆਂ ਵੇਖਿਆ ਜਾ ਸਕਦਾ ਹੈ ਕਿ ਮੋਹਾਲੀ ਏਅਰਪੋਰਟ ਦਾ ਪੂਰਾ ਇਲਾਕਾ ਹੈ ਜਿੱਥੇ ਕਿ ਵੇਖਿਆ ਜਾ ਸਕਦਾ ਹੈ ਕਿ ਜੋ ਗੱਡੀਆਂ ਨੇ ਕਿਸ਼ਤੀ ਵਾਂਗ ਪਾਣੀ 'ਚ ਤੈਰਦੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਪੈ ਰਹੀਆਂ ਹਨ ਕਿਉਂਕਿ ਜਿਹੜਾ ਹੈਗਾ ਮੌਸਮ ਖਰਾਬ ਹੋ ਰਿਹਾ ਵਾ ਤਾਂ ਪੰਜਾਬ ਸਰਕਾਰ ਵੱਲੋਂ ਤੇ ਕਈ ਜ਼ਿਲ੍ਹਿਆਂ ਦੇ ਜਿਹੜੇ ਡੀਸੀਸ ਨੇ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਜਾ ਰਹੇ ਹਨ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀ ਹੈਗੀ ਇੱਕ ਦਿਨ ਲਈ ਕੀਤੀ ਗਈ ਹੈ ਬਾਕੀ ਦੇਖੋ ਅੱਗੇ ਜੋ ਖਬਰ ਆਉਂਦੀ ਹੈ ਤੁਹਾਨੂੰ ਜ਼ਰੂਰ ਦੱਸਾਂਗੇ।